ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਘਿਰੀ ਦੇ ਵਿੱਚ ਟਰੈਕਟਰ ਬਹੁਤ ਜ਼ਿਆਦਾ ਖੁੱਲ੍ਹਦੇ ਨੇ ਅਤੇ ਅੱਜ ਉਹ ਕਰਦਾ 585 ਜੋ ਕਰਦਾ 55-10 ਬੈਗ ਕਰ ਲੈ ਬੈਗ ਓਏ ਘਿਰੀ ਦੇ ਵਿੱਚ ਚਾਲ ਜੀ ਨਹੀਂ ਬਣਦੀ, ਬੈਗ ਵੀ ਨਹੀਂ ਹੁੰਦਾ, ਦਲ ਦਲ ਜੀ ਬਣੀ ਕੱਢ ਦਿੱਤਾ ਵੈਸੇ ਦੇ ਟੋਜਨ ਪਾ ਗਈਆਂ ਦੋ ਕਰਾਹੇ ਜਿਹੜੇ ਉਹ ਵੱਧ ਪਾਏ ਜਾਂਦੇ ਆ ਬੇੜਾ ਲਾਉਣ ਨਾਲੋਂ। ਇੱਟ ਆ ਗਈ ਪਾਵਾਂਗੇ ਟੋਚਣਾ ਆਓ ਕੈਸੇ ਹੋ ਬੜੀਆ ਬ੍ਰੇਕਾਂ ਬ੍ਰੇਕੀ ਹੋ ਜਾਂਦੀ ਹੈ ਨਾ ਜਾਮ ਹੋ ਜਾਂਦਾ ਤਾਂ ਕੱਢ ਕੇ ਲਿਆਉਣਾ ਸਿਰੇ ਤੇ ਜਾ ਕੇ ਲਾ ਦੇ ਓਏ ਲਾ ਦੇ ਬੈਕ ਕਰਕੇ ਲਾ ਦੇ ਸਾਡੇ ਕੱਲ ਇੱਕ ਟਰੈਕਟਰ ਨੇ ਲਾਏ ਨੇ 24 ਗੇੜੇ ਠੀਕ ਹੈ ਜੀ 24-50 ਅਤੇ 65-70 ਗੇੜੇ ਗਏ ਨੇ ਅਤੇ ਵਾਹਵਾ ਪਾਈ ਆਪਾਂ ਭਰ ਦੇਣਾ ਤਾਂ ਮੇਰੇ ਹਿਸਾਬ ਨਾਲ ਹੋਊਗੀ 12-13 ਫੁੱਟ ਹੋਊਗੀ ਕਨਾਲ ਦੇ ਵਿੱਚ ਜਾਂ ਯਾਰ ਦਸ ਦਾ ਪਤਾ ਨਹੀਂ ਕਾਸ ਤੋਂ ਹੁੰਦਾ 53-10 ਹੈ LT ਜਿਹੜਾ ਪਹਿਲਾਂ ਵਾਲਾ ਮਾਡਲ ਸੀਗਾ ਜਿਵੇਂ ਜਿਵੇਂ ਲੈਫਟ ਸਾਈਡ ਦਿੰਦੇ ਪਹਿਲੇ ਡਾਊਨ ਦੇ ਮੋਸ਼ਨ ਜਿਹਾ ਤੋੜ ਜਾਂਦਾ ਹੈ ਨਾ ਆ ਦੇਖੇ ਦਸ ਦਾ ਹੀ ਆਉਂਦਾ ਭੱਠੇ ਵਾਲਾ ਤਾਂ ਸੀਗਾ ਇਹ ਤੰਗ ਉਹ ਚੱਕੇ ਜਾਂਦੇ ਇਹ ਰਾਖੇ ਰੁੱਖੇ ਜੀ ਵਾਹਵਾ ਕਿ ਡਲੇ ਜੇ ਆ ਸੀ 450 16 ਵਾਲੇ ਡਰ ਹੈ ਵੈਸੇ 14 ਵਾਲੇ ਆਉਂਦੇ ਨੇ ਤਾੜ ਲਾ ਤੁਸੀਂ ਰੇਸ ਘਟਾ ਲਓ ਟਰੈਕਟਰ ਆਟੋਮੈਟਿਕ ਹੀ ਮੁੜਿਆ ਹੁੰਦਾ ਗਾ